होगी होगी। ਅਸੀਂ ਤਾਂ ਸਿਰਫ ਇਹ ਆ ਹੋਸਪਿਟਲ 'ਚ ਆਇਆ ਹੋਵੇ ਪੂਰੇ ਜਿਹੜਾ ਵੀ ਕੋਈ ਹੋਰ ਸਾਜੋ ਸਮਾਨ ਦੀ ਕੋਈ ਲੋੜ ਹੈ ਕੋਈ ਮੈਡੀਸਨ ਦੀ ਲੋੜ ਹੈ ਉਹ ਸਾਰਾ ਇਹਦੀ ਸਟਰਕਚਰ ਹੈ ਜਿਹੜਾ ਇੱਥੇ ਕਿਸੇ ਮਸ਼ੀਨਰੀ ਦੀ ਲੋੜ ਹੈ ਉਹਦੇ ਸੰਬੰਧ 'ਚ ਅਸੀਂ ਸਾਰੇ ਪੰਜਾਬ ਦੇ ਹੋਸਪਿਟਲ ਜਿਹੜੇ ਵਿਜ਼ਿਟ ਕਰ ਰਹੇ ਹਾਂ ਸੋ ਉਸ ਕੜੀ ਦੇ ਤਹਿਤ ਹੀ ਅੱਜ ਅਸੀਂ ਇੱਥੇ ਅਬੋਹਰ ਆ ਜਿਹੜਾ ਇੱਥੇ ਪਹੁੰਚਿਆ ਕਿਉਂਕਿ ਇਹ ਬਾਰਡਰ 'ਤੇ ਪੈਂਦਾ ਇੱਥੇ ਇੱਥੇ ਸਭ ਤੋਂ ਜ਼ਿਆਦਾ ਜਿਹੜੀ ਲੋੜ ਹੈ ਉਹ ਇਸ ਪਾਸੇ ਵੱਲ ਲੋੜ ਹੈ ਕਿਉਂਕਿ ਬਾਰਡਰ ਨਾਲ ਲੱਗਣ ਕਰਕੇ ਇੱਥੇ ਪਿਛਲੀਆਂ ਸਰਕਾਰਾਂ ਨੇ ਕੋਈ ਜ਼ਿਆਦਾ ਧਿਆਨ ਨਹੀਂ ਦਿੱਤਾ ਸੋ ਸਾਡੀ ਕੋਸ਼ਿਸ਼ ਹੈ ਅਸੀਂ ਪੰਜਾਬ ਦੀ ਕੋਈ ਵੀ ਜਗ੍ਹਾ ਛੱਡੀਏ ਨਾ ਜਿੱਥੇ ਅਸੀਂ ਆਪ ਨਾ ਜਾਈਏ ਔਰ ਉੱਥੇ ਜਿਹੜੀ ਚੀਜ਼ ਦੀ ਲੋੜ ਹੈ ਉਹ ਅਸੀਂ ਪਹੁੰਚਦੇ ਨਾ ਕਰ ਸਕੀਏ। ਸਫਾਈ ਨੂੰ ਲੈ ਕੇ ਬੜਾ ਮੁੱਦਾ ਬਣਿਆ ਅੱਜ ਤੁਸੀਂ ਆਏ ਹੋ ਬਹੁਤ ਜ਼ਿਆਦਾ ਸਫਾਈ ਦੇਖਣ ਨੂੰ ਮਿਲੀ ਅੱਗੇ ਪਿੱਛੇ ਇੱਥੇ ਜੋ ਮਰੀਜ਼ ਆਉਂਦਾ ਬਿਮਾਰ ਹੋ ਕੇ ਜਾਂਦਾ ਚਾਹੇ ਫਾਜ਼ਿਲਕਾ ਦੀ ਗੱਲ ਕਰੀਏ ਚਾਹੇ CST ਸੈਂਟਰਾਂ ਦੀ ਗੱਲ ਕਰੀਏ ਮੈਂ ਸਫਾਈ ਤਾਂ ਹੋਈ ਠੀਕ ਹੈ ਕਿ ਨਹੀਂ ਕੋਈ ਗੱਲ ਨਹੀਂ ਇਹ ਜਿਹੜਾ ਅੱਜ ਦੱਸ ਕੇ ਆਇਆ ਅਗਲੀ ਵਾਰੀ ਬਿੰਦ ਦੱਸੇ ਵੀ ਆਵਾਂਗੇ ਸੋ ਉਹ ਚੀਜ਼ ਜਿੱਥੇ ਕੋਈ ਕਮੀ ਪੇਸ਼ੀ ਹੋਊਗੀ ਉਹ ਜ਼ਰੂਰ ਸਰ ਇੱਕ ਨਾ ਆਡੀਓ ਵਾਇਰਲ ਹੋ ਰਹੀ ਹੈ ਇੱਕ ਡਾਕਟਰ ਦੀ ਵੀ ਉਹ ਜਿਹੜੇ ਮਰੀਜ਼ਾਂ ਨੂੰ ਪ੍ਰਾਈਵੇਟ ਦੇ ਵਿੱਚ ਆਸ਼ਾ ਵਰਕਰ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਕਿ ਪ੍ਰਾਈਵੇਟ ਲੈ ਕੇ ਆਓ ਜਦਕਿ ਉਹ ਖੁਦ ਇੱਕ ਸਰਕਾਰੀ ਡਾਕਟਰ ਨੇ ਉਹਨਾਂ ਆਪਦਾ ਹਸਪੀਟਲ ਵੀ ਆ ਪ੍ਰਾਈਵੇਟ ਦੇਖੋ ਇੱਕ ਅਸੀਂ ਕਮੇਟੀ ਇਹਦੀ ਬਣਾਈ ਹੋਈ ਆ ਕਮੇਟੀ ਇਹਦੀ ਜਾਂਚ ਕਰ ਰਹੀ ਹੈ ਦੇਖੋ ਜੇ ਉਹਦੀ ਕੋਈ ਫੋਰੈਂਸਿਕ ਜਾਂਚ ਦੀ ਲੋੜ ਬਿਲਕੁਲ ਵੀ ਕਰਵਾਵਾਂਗੇ ਸੋ ਇਸ ਕਰਕੇ ਉਹ ਕਮੇਟੀ ਦਾ ਕੰਮ ਹੈ ਕਿਉਂ ਮੈਂ ਕੋਈ ਗੱਲ ਕਹਿ ਜਾਂ ਉਹ ਚੰਗੀ ਗੱਲ ਨਹੀਂ ਹੈ ਜਦ ਤੱਕ ਸਾਰਾ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਕੁਝ ਵੀ ਕਹਿਣਾ ਫਾਜ਼ਿਲਕਾ ਦੇ ਸਰਕਾਰੀ ਹਸਪੀਟਲ ਦੇ ਵਿੱਚ ਨਾ ਹੀ ਕੋਈ CT ਸਕੈਨ ਚੱਲ ਰਿਹਾ ਕੋਈ ECG ਪ੍ਰੋਪਰ ਨਹੀਂ ਚੱਲਦੀ ਐਕਸਰਾ ਪ੍ਰੋਪਰ ਨਹੀਂ ਹੋ ਰਿਹਾ ਮਰੀਜ਼ਾਂ ਦੇ ਆਰੋਪ ਹੈ ਕਿ ਜਿਹੜੇ ਡਾਕਟਰ ਹੈ ਪ੍ਰਾਈਵੇਟ ਹਸਪੀਟਲਾਂ ਦੇ ਨਾਲ ਸੈਟਿੰਗ ਹੈ ECG ਚੱਲਦੀ ਹੈ ਸਾਲ ਬੰਦ ਹੋ ਜਾਂਦੀ ਚੱਲਦੀ ਹੈ ਉਹ ਖਰਾਬ ਕਰ ਦਿੰਦੇ ਬੰਦ ਹੋ ਜਾਂਦੀ ਹੁਣ ਪਿਛਲੇ ਲੰਮੇ ਸਮੇਂ ਤੋਂ ਬੰਦ ਆ ਸਿਵਲ ਸਰਜਨ ਸਾਹਿਬ ਨੂੰ ਪੁੱਛਿਆ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਜੀ ਇਸ ਚੀਜ਼ ਬਾਰੇ ਮੈਂ ਡਿਨਾਈ ਕਰਦਾ ਤੁਹਾਨੂੰ ਪਤਾ ਹੈ ਕਿ ਕਿੰਨੇ ਕੁ ਦਿਨ ਲੱਗ ਜਾਂਦੇ ਨੇ ਐਸੇ ਮਹੀਨੇ ਦੇ ਵਿੱਚ ਮੈਨੂੰ ਲੱਗਦਾ ਸਰ ਅਬੋਹਰ ਨੂੰ ਰੈਫਰ ਆਟੋਮੈਟਿਕ ਕਿਹਾ ਜਾਂਦਾ ਇੱਥੇ ਡਾਕਟਰਾਂ ਦੀ ਕਮੀ ਹੈਗੀ ਹੈ ਜੀ ਤੇ ਇੱਥੇ ਕਈ ਮਸ਼ੀਨਾਂ ਅਜਿਹੀਆਂ ਜਿਹੜੇ ਇੱਕ ਇੱਕ ਪੁਰਜੇ ਕਰਕੇ ਬੰਦ ਪਈਆਂ ਨੇ ਉਹਨਾਂ ਵਾਸਤੇ ਕੀ ਕੀਤਾ ਜਾਏਗਾ ਤੁਸੀਂ ਪਾਰਟੀਕੂਲਰ ਨਾਂ ਲਓ ਸਰ ਕਿਹੜੀ ਮਸ਼ੀਨ ਦੀ ਗੱਲ ਕਰ ਰਹੇ ਹੋ ਆਕਸੀਜਨ ਪਲਾਂਟ ਦੀ ਮਸ਼ੀਨ ਬੰਦ ਪਈ ਹੈ ਪਹਿਲਾਂ ਐਕਸਰੇ ਦੀ ਵੀ ਕਾਫੀ ਦਿਨ ਬੰਦ ਰਹੀ ਹੈ ਜੀ ਅਲਟਰਾਸਾਊਂਡ ਸੇਵਾ ਠੱਪ ਰਹੀ ਕਾਫੀ ਦਿਨ ਸਰ ਹੋ ਗਿਆ ਇੱਕ ਸਰ ਤੁਹਾਡੇ ਮੰਤਰੀ ਦੀ ਆਡੀਓ ਵਾਇਰਲ ਹੋ ਰਹੀ ਹੈ ਫੌਜਾ ਸਿੰਘ ਸਰਾਰੀ ਦੀ ਉਸ ਨੂੰ ਲੈ ਸਪੈਸ਼ਲਿਸਟ ਡਾਕਟਰਾਂ ਦੀ ਲੋੜ ਹੈ ਸਰ ਅਸੀਂ ਸਰ ਉਹਦੇ ਪੈਸੇ ਪਾ ਚੁੱਕੇ ਆ ਜਿਹੜੇ ਕੋਈ ਪ੍ਰਾਈਵੇਟ ਉਹ ਕਿਉਂ ਨਹੀਂ ਕਰਦੇ ਉਹ ਤੁਸੀਂ ਵੀ ਉਹਨਾਂ ਨੂੰ ਇੱਕ ਵਾਰੀ ਪੁੱਛਣ ਦੀ ਲੋੜ ਹੈ ਮੰਤਰੀ ਸਾਹਿਬ ਸੋ ਅਸੀਂ ਆਪਦੀ ਉਹ ਕਹਿੰਦੇ ਨਹੀਂ ਸਾਡਾ ਬਕਾਇਆ ਨਹੀਂ ਮਿਲਿਆ ਜੀ ਡਾਕਟਰ ਸਾਹਿਬ ਡਾਕਟਰਾਂ ਦੀ ਕਮੀ ਹੈ ਜੀ ਮੰਤਰੀ ਸਾਹਿਬ ਪਿਛਲੀ ਸਰਕਾਰ ਨੇ ਬਹੁਤ ਸਾਰੀਆਂ ਖਾਮੀਆਂ ਛੱਡੀਆਂ ਜਿਹਦੇ ਕਾਰਨ ਉਹਦਾ ਜਿਹੜਾ ਨਤੀਜਾ ਭੁਗਤਣਾ ਸਾਨੂੰ ਪੈ ਰਿਹਾ ਸੋ ਇਸ ਕਰਕੇ ਅਸੀਂ ਪੰਜਾਬ ਦੇ ਲੋਕਾਂ ਦੀ ਸਿਹਤ ਪ੍ਰਤੀ ਅਸੀਂ ਪੂਰੇ ਚਿੰਤਤ ਆ ਉਹਨਾਂ ਦਾ ਇਲਾਜ ਦਾ ਸਾਰਾ ਜੁਮਾ ਅਸੀਂ ਚੱਕਦੇ ਆ ਇਸੇ ਕਰਕੇ ਕੜੀ ਦੇ ਤਹਿਤ ਅੱਜ ਡਾਕਟਰ ਤਾਂ ਹੈ ਹੀ ਨਹੀਂ ਜੀ ਬਲਵੀਰ ਸਿੰਘ ਦਾ ਜੁਮਾ ਜੀ ਕੋਈ ਕਾਰਵਾਈ ਕਰੋ ਡਾਕਟਰ ਤਾਂ ਹੈ ਨਹੀਂ ਸਪੈਸ਼ਲਿਸਟ ਜੀ ਇੱਥੇ ਸਕਿਨ ਦਾ ਹੈ ਨਹੀਂ ਸਰ ਇੱਕ ਜੀ ਸਰ ਸਰ ਵੈਲਕਮ ਕਰਦੇ ਆ ਤੁਹਾਨੂੰ 6 ਮਹੀਨੇ 'ਚ ਕੋਈ ਡਾਕਟਰ ਨਹੀਂ ਬਣਦਾ ਜੇ ਕੋਈ ਇਹੋ ਜਿਹੀ ਕੋਈ ਏਜੰਸੀ ਕੋਈ ਜਗ੍ਹਾ ਕਾਲਜ ਹੈਗਾ ਜਿੱਥੇ 6 ਮਹੀਨੇ 'ਚ ਕੋਈ ਡਾਕਟਰ ਬਣਦਾ ਮੈਨੂੰ ਦੱਸੋ ਅਸੀਂ ਸਾਰੇ ਡਾਕਟਰ ਲੈਣ ਨੂੰ ਤਿਆਰ ਰਿਕੁਆਇਰਮੈਂਟ ਕੁਐਸਚਨ ਹੈ ਸਰ ਰਿਕੁਆਇਰਮੈਂਟ ਕੁਐਸਚਨ ਹੈ ਕੰਪਲੀਟ ਕਰ ਦੋ ਸਰ ਅਸੀਂ ਉਸ ਵਰਗ ਤੇ ਚੱਲੇ ਹੋਏ ਇਸੇ ਕਰਕੇ ਅਸੀਂ ਜਿੰਨੇ ਵੀ ਡਾਕਟਰਾਂ ਦੀ ਘਾਟ ਹੈ ਪੰਜਾਬ ਦੇ ਵਿੱਚ ਉਹ ਸਾਰੀ ਪੂਰੀ ਕਰਾਂਗੇ ਪਰ ਉਹਨੂੰ ਇੱਕ ਟਾਈਮ ਲੱਗਦਾ ਸੋ ਅਸੀਂ ਉਸ ਪ੍ਰੋਸੈਸ ਤੇ ਚੱਲੇ ਹੋਇਆ ਦੇਖੋ ਮੈਡੀਕਲ ਕਾਲਜ ਅਸੀਂ ਕਿਉਂ ਲੈ ਕੇ ਆਇਆ ਪੰਜਾਬ 'ਚ ਵੀ ਹੋਰ ਲੈ ਕੇ ਤਾਂ ਕਿ ਸਾਡੇ ਬੱਚਿਆਂ ਨੂੰ ਬਾਹਰ ਖੱਜਲ ਖੁਆਰ ਨਾ ਹੋਣਾ ਪਵੇ ਜਦੋਂ ਆਪਦੇ ਸੂਬੇ 'ਚ ਰਹਿ ਕੇ ਡਾਕਟਰੀ ਕਰਨਗੇ ਤਾਂ ਉਹ ਆਪਦੇ ਸਮਾਜ ਨੂੰ ਆਪਦੇ ਪੰਜਾਬ ਨੂੰ ਵੀ ਸਮਾਂ ਦੇ ਸਕਦੇ ਨੇ 2 ਸਾਲ 4 ਸਾਲ ਸਰਕਾਰ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਮੈਡੀਕਲ ਕਾਲਜ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਬਿਲਕੁਲ ਇਹ ਕਦੋਂ ਤੱਕ ਪ੍ਰੋਸੈਸ ਸ਼ੁਰੂ ਹੋ ਜਾਵੇਗਾ ਸਰ ਦੇਖੋ ਸੰਗਰੂਰ ਦਾ ਜਿਹੜਾ ਨੀਂਹ ਪੱਥਰ ਹੈ ਉਹ ਟਿਕ ਚੁੱਕਿਆ ਮੋਹਾਲੀ ਆ ਉਹ ਸ਼ੁਰੂ ਹੋ ਗਈ ਉੱਥੇ ਐਡਮਿਸ਼ਨਾਂ ਸ਼ੁਰੂ ਹੋ ਗਈਆਂ ਕਪੂਰਥਲਾ ਮਲੇਰਕੋਟਲਾ ਹੁਸ਼ਿਆਰਪੁਰ ਇਹ ਆਲਰੇਡੀ ਔਨ ਪ੍ਰੋਸੈਸ ਹੈ ਸਰ ਐਮਰਜੈਂਸੀ ਦੀ ਇਸ ਹਸਪੀਟਲ ਨੂੰ ਸਾਨੂੰ 5 ਹਾਈਵੇ ਲੱਗਦੇ ਆ ਸਰ ਡੇਲੀ 2-3 ਐਕਸੀਡੈਂਟ ਹੁੰਦੇ ਆ ਹੈਡ ਇੰਜਰੀ ਦੇ ਕੇਸ ਆਉਂਦੇ ਆ
ਸਾਨੂੰ ਐਮ ਆਰ ਆਈ ਦੀ ਸਖ਼ਤ ਜ਼ਰੂਰਤ ਹੈ। ਇਸ ਬਾਰੇ ਕੀ ਤੁਹਾਡੇ ਤੋਂ ਉਮੀਦ ਕਰੀਏ? ਸਰ ਮੈਂ ਉਹੀ ਉਸੇ ਵਾਸਤੇ ਤੁਹਾਨੂੰ ਦੱਸਿਆ ਐਮ ਆਰ ਆਈ ਸਰ ਅਸੀਂ ਦੇਖੋ ਕੱਲੀ ਐਮ ਆਰ ਆਈ ਮਸ਼ੀਨ ਨਹੀਂ ਉਰੇ ਲਿਆ ਕੇ ਖੜੀ ਕਰਨੀ, ਉਹਦਾ ਜਿਹੜਾ ਟੈਸਟ ਕਰੂਗਾ ਡਾਕਟਰ ਦੀ ਵੀ ਲੋੜ ਹੈ। ਸੋ ਨਿਊਰੋ ਨਿਊਰੋ ਇਸ ਕਰਕੇ ਜਲਦੀ ਹੀ ਤੁਹਾਨੂੰ ਚੰਗੀ ਆਪ ਕੋਸ਼ਿਸ਼ ਦਵਾਈਆਂ ਦੀ ਕਮੀ ਹੋ ਰਹੀ ਹੈ, ਹਸਪੀਟਲ 'ਚ ਦਵਾਈਆਂ ਦੀ ਕਮੀ ਹੈ ਜੀ। ਦਵਾਈਆਂ ਅਬੋਰ ਸਿਵਲ ਹਸਪੀਟਲ ਦੇ ਵਿੱਚ ਐਂਡ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੀ ਦਿੱਕਤ ਆ ਰਹੀ ਹੈ ਉਹਦੇ ਬਾਰੇ ਅਸੀਂ ਉਹਨਾਂ ਨੂੰ ਦੱਸਾਂਗੇ। ਚੰਗੀ ਗੱਲ ਹੈ, ਉਹ ਆ ਰਹੇ ਆ ਰਹੇ ਹੈ, ਆਪ ਵੇਖਣਗੇ। ਐਂਡ ਸਾਡੇ ਹੋਸਪਿਟਲ ਦੇ ਵਿੱਚ ਜਿਹੜੀ ਮੇਨ ਇਸ਼ੂਜ਼ ਹੈ ਦਵਾਈਆਂ ਦੀ, ਦਵਾਈਆਂ ਉਪਲਬਧ ਨਹੀਂ ਹੈ, ਮਸ਼ੀਨਰੀ ਜਿਹੜੀ ਹੋਰ ਚਾਹੀਦੀ, ਇਨਫਰਾਸਟ੍ਰਕਚਰ ਜਿਹੜਾ ਆਕਸੀਜਨ ਪਲਾਂਟ ਖਰਾਬ ਪਿਆ, ਡਾਕਟਰਸ ਦੀ ਜਿਹੜੀ ਕਮੀ ਹੈ, ਐਂਡ ਜਿਹੜੀ ਅਦਰਵਾਈਜ਼ ਰੂਰਲ ਜਿਹੜਾ ਇਨਫਰਾਸਟ੍ਰਕਚਰ ਹੈ, ਪੇਂਡੂ ਜਿਹੜਾ ਇਨਫਰਾਸਟ੍ਰਕਚਰ, ਡਿਸਪੈਂਸਰੀਜ਼, ਉਹਦੇ ਬਾਰੇ ਉਹਨਾਂ ਨੂੰ ਦੱਸਾਂਗੇ। ਐਂਡ ਉਮੀਦ ਹੈ ਵੀ ਮੰਤਰੀ ਸਾਹਿਬ ਸਾਡੀ ਗੱਲਾਂ 'ਤੇ ਗੌਰ ਕਰਨਗੇ ਅਤੇ ਜਲਦ ਤੋਂ ਜਲਦ ਉਹਦਾ ਆਪਣੀ ਜਿਹੜੀ ਮੈਡੀਕਲ ਫੈਸਿਲਿਟੀਜ਼ ਹੈ, ਕਿਉਂਕਿ ਆਮ ਆਦਮੀ ਸਰਕਾਰ ਨੇ ਬੜਾ ਇਹਦੇ ਵਿੱਚ ਐਮਫਸਾਈਜ਼ ਮਤਲਬ ਕੀਤਾ ਸੀ ਵੀ ਅਸੀਂ ਐਜੂਕੇਸ਼ਨ ਅਤੇ ਹੈਲਥ ਦੇ ਉੱਤੇ ਬਹੁਤ ਵੱਡੇ ਪੱਧਰ 'ਤੇ ਕੰਮ ਕਰਾਂਗੇ। ਅਤੇ ਉਮੀਦ ਹੈ ਵੀ ਸਾਡੀ ਜਿਹੜੀ ਸੁਜੈਸ਼ਨਸ ਹੈ, ਸੁਝਾਵ ਹੈ, ਦਿੱਕਤਾਂ ਜਿਹੜੀ ਹੈਗੀ ਅਬੋਰ ਦੇ ਲੋਕਾਂ ਦੀ, ਉਹਦੇ ਉੱਤੇ ਗੌਰ ਕਰਨਗੇ। ਇੱਕ ਜਿਹੜੀ ਹੈਗੀ ਡਾਕਟਰ ਸਾਹਿਬ ਆ, ਜਿਹੜੀ ਜ਼ਿਆਦਾ ਕਰਕੇ ਬਾਹਰ ਦੀ ਦਵਾਈਆਂ ਬਹੁਤ ਲਿਖ ਰਹੇ ਹੈਗੇ, ਹਾਂਜੀ, ਲੋਕਾਂ ਨੂੰ ਬੜੀ ਪਰੇਸ਼ਾਨੀ ਆ ਰਹੀ ਹੈ, ਲੋਕ ਇੱਥੋਂ ਦੇ ਮੰਗ ਕਰੇ ਵੀ ਇੱਥੇ ਦਵਾਈਆਂ ਦੀ ਪੂਰਤੀ ਕੀਤੀ ਜਾਵੇ। ਨਹੀਂ, ਉਹ ਜਿਵੇਂ ਮੈਂ ਕਿਹਾ ਉਹ ਸਾਡੇ ਮੈਮੋਰੈਂਡਮ 'ਚ ਵੀ ਹੈ, ਉਹਨਾਂ ਨੂੰ ਅਸੀਂ ਦੱਸਾਂਗੇ। ਅਤੇ ਉਮੀਦ ਹੈ ਮੰਤਰੀ ਸਾਹਿਬ ਉਸ ਗੱਲ ਦੇ ਉੱਤੇ ਗੌਰ ਕਰਕੇ ਜਿੱਥੇ ਵੀ ਕਮੀ ਪੇਸ਼ੀ ਆ ਰਹੀ ਹੈ ਉਹ ਪੂਰੀ ਕਰਨਗੇ। ਇੱਕ ਜਿਹੜਾ ਕਿ ਡਾਕਟਰਾਂ ਦੇ ਉੱਤੇ ਆਰੋਪ ਲੱਗ ਰਿਹਾ ਵੀ ਜਿਹੜਾ ਇੱਥੇ ਰਿਸ਼ਵਤਖੋਰ ਜ਼ਿਆਦਾ ਹੋ ਗਿਆ ਹੈ ਹਸਪਤਾਲ, ਉਹਦੇ ਬਾਰੇ ਸਵਾਸਥ ਮੰਤਰੀ ਨੂੰ ਕੀ ਸੰਦੇਸ਼ ਦੇਣਾ ਚਾਹੋਗੇ, ਕਿਸ ਤਰ੍ਹਾਂ ਦੀ ਜਿਹੜੀ ਕਿੱਥੇ? ਨਹੀਂ, ਸੰਦੇਸ਼ ਅਸੀਂ ਤਾਂ ਜਿਹੜੀ ਦਿੱਕਤ ਹੈ ਉਹਨਾਂ ਨੂੰ ਦੱਸਾਂਗੇ, ਉਹਨਾਂ ਦੇ ਸਾਹਮਣੇ ਰੱਖਾਂਗੇ। ਉਹ ਮੰਤਰੀ ਸਾਹਿਬ ਦਾ ਕੰਮ ਹੈ ਵੀ ਉਹਨੂੰ ਗੌਰ ਨਾਲ ਉਹਦੀ ਤਹਿਕੀਕਾਤ ਕਰਕੇ ਜਿਹੜਾ ਵੀ ਕੋਈ ਦੋਸ਼ੀ ਹੈ ਉਹਨੂੰ ਸਜ਼ਾ ਮਿਲਣੀ ਚਾਹੀਦੀ। ਕੇਸ ਵੀ ਬਹੁਤ ਜ਼ਿਆਦਾ ਬਾਹਰ ਜਾ ਰਹੇ। ਨਹੀਂ, ਇਹ ਚੀਜ਼ਾਂ ਉਹਨਾਂ ਨੂੰ ਗੌਰ ਕਰਨੀ ਚਾਹੀਦੀ, ਕਿਉਂਕਿ ਜਿਵੇਂ ਮੈਂ ਕਿਹਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਹੈਲਥ ਦੇ ਉੱਤੇ, ਸਵਾਸਥ ਦੇ ਉੱਤੇ ਉਹਨਾਂ ਨੇ ਵਾਅਦੇ ਕੀਤੇ ਸੀ ਵੀ ਇਹਨੂੰ ਬਹੁਤ ਸੁਧਾਰ ਕੀਤਾ ਜਾਵੇਗਾ ਸਿਸਟਮ ਦੇ ਵਿੱਚ। ਅਤੇ ਉਮੀਦ ਹੈ ਇਹ ਜਿਹੜੀ ਦਿੱਕਤਾਂ ਹੁਣ ਵੀ ਆ ਰਹੀ ਹੈ, ਹੁਣ 6 ਮਹੀਨੇ ਹੋ ਚੁੱਕੇ ਆ ਸਰਕਾਰ ਨੂੰ, ਉਮੀਦ ਹੈ ਵੀ ਜਿਹੜੀ ਕਮੀ ਪੇਸ਼ੀਆਂ ਹੈਗੀ ਹੈ ਉਹਦੇ ਉੱਤੇ ਗੌਰ ਕਰਨਗੇ ਅਤੇ ਉਹਦਾ ਕੋਈ ਹੱਲ ਕੱਢ ਕੇ ਜਾਣਗੇ।